ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦਾ ਜੀ ਤੁਹਾਡਾ ਆਪਣਾ ਸਪੀਰੀਅਰ ਸਟੱਡੀ ਚੈਨਲ। ਆਪਾਂ ਇਸ ਚੈਨਲ 'ਤੇ ਕਰ ਰਹੇ ਹਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੱਖ ਵੱਖ ਟੌਪਿਕ, ਜਿਸ ਦੇ ਅਧੀਨ ਅਸੀਂ ਭਾਸ਼ਾ ਅਤੇ ਲਿਪੀ, ਪੰਜਾਬੀ ਵਿਆਕਰਨ, ਪੰਜਾਬੀ ਦੀਆਂ ਉਪਭਾਸ਼ਾਵਾਂ, ਪੰਜਾਬੀ ਸਵੈ ਜੀਵਨੀ ਕਾਰ, ਪੰਜਾਬੀ ਸਾਹਿਤ ਰੂਪ, ਪੰਜਾਬੀ ਕਾਵਿ ਰੂਪ, ਇਹ ਸਾਰੇ ਲੈਕਚਰਸ ਕਰ ਚੁੱਕੇ ਹਾਂ ਇਸ ਚੈਨਲ 'ਤੇ ਅਪਲੋਡ, ਜਿਨ੍ਹਾਂ ਦੀਆਂ ਅਲੱਗ ਤੋਂ ਪਲੇਲਿਸਟਾਂ ਜਿਹੜੀਆਂ ਉਹ ਬਣ ਚੁੱਕੀਆਂ ਨੇ। ਉਹਨਾਂ ਦੇ ਲਿੰਕਸ ਮਿਲਣਗੇ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਟੂਡੈਂਟਸ ਨੇ ਹਾਲੇ ਤੱਕ ਉਹ ਲੈਕਚਰਸ ਨਹੀਂ ਦੇਖੇ। ਇਸ ਦੇ ਨਾਲ ਹੀ ਅਸੀਂ ਮੌਕ ਟੈਸਟ ਵੀ ਕਰ ਰਹੇ ਹਾਂ ਤਾਂ ਕਿ ਜੋ ਜੋ ਲੈਕਚਰਸ ਆਪਾਂ ਅਪਲੋਡ ਕੀਤੇ ਨੇ ਆਪਣੇ ਇਸ ਚੈਨਲ 'ਤੇ, ਉਹਨਾਂ ਦੀ ਦੁਹਰਾਈ ਵੀ ਤੁਹਾਡੀ ਨਾਲ ਹੁੰਦੀ ਰਹੇ। ਅੱਜ ਦਾ ਜੋ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਜੀ ਕਾਵਿ ਰੂਪ, ਅਤੇ ਕਈ ਸਟੂਡੈਂਟਸ ਨੇ ਇਸ ਬਾਰੇ ਪੁੱਛਿਆ ਸੀਗਾ ਰੁੱਤੀ ਅਤੇ ਥਿੱਤੀ ਬਾਰੇ, ਠੀਕ ਹੈ, ਕਿ ਅਲੱਗ ਤੋਂ ਇਹਨਾਂ ਬਾਰੇ ਇੱਕ ਜਿਹੜਾ ਲੈਕਚਰ ਹੈ ਉਹ ਬਣਾਇਆ ਜਾਵੇ। ਇਸੇ ਕਰਕੇ ਹੀ ਆਪਾਂ ਇਹਨਾਂ ਬਾਰੇ ਅੱਜ ਚਰਚਾ ਕਰਾਂਗੇ ਅੱਜ ਦੇ ਲੈਕਚਰ ਦੇ ਵਿੱਚ। ਅਤੇ ਸਾਰੇ ਜਾਣੇ ਲੈਕਚਰ ਪੂਰਾ ਸੁਣਿਓ ਜੀ, ਸਕਿੱਪ ਨਾ ਕਰਿਓ, ਤਾਂ ਕਿ ਤੁਹਾਨੂੰ ਸਾਰੇ ਕੁਸ਼ਚਨ ਆ ਜਿਹੜੇ ਉਹ ਚੰਗੀ ਤਰ੍ਹਾਂ ਕਲੀਅਰ ਹੋ ਸਕਣ। ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਵੀ ਰੁੱਤੀ ਅਤੇ ਥਿੱਤੀ ਬਾਰੇ ਆਪਾਂ ਜਾਣ ਸਕੀਏ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ। ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਲੈਕਚਰ ਬਿਨਾਂ ਕਿਸੇ ਦੇਰੀ ਦੇ। ਅਤੇ ਜੇ ਤੁਹਾਨੂੰ ਆਪਣਾ ਚੈਨਲ ਪਸੰਦ ਹੈ ਤਾਂ ਲਾਈਕ ਐਂਡ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ, ਅਤੇ ਲਾਈਕ ਜ਼ਰੂਰ ਕਰੋ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਕਰਾਂਗੇ ਰੁੱਤੀ ਕਾਵਿ ਰੂਪ। ਤਾਂ ਇਸਦੇ ਨਾਮ ਤੋਂ ਹੀ ਸਾਨੂੰ ਕਲੀਅਰ ਹੁੰਦਾ ਕਿ ਇਸਦਾ ਜੋ ਨਾਮ ਹੈ, ਨਾਮ ਦਾ ਆਧਾਰ ਹੈ, ਠੀਕ ਹੈ, ਉਸੇ 'ਤੇ ਹੀ ਇਸਦਾ ਨਾਮਕਰਨ ਹੋਇਆ। ਰੁੱਤ ਤੋਂ ਬਣਿਆ ਰੁੱਤੀ, ਠੀਕ ਹੈ। ਤਾਂ ਇਸ ਕਾਵਿ ਰੂਪ ਦਾ ਮੇਨ ਆਧਾਰ ਕੀ ਹੋ ਗਿਆ? 6 ਰੁੱਤਾਂ, ਜਿਹੜੀਆਂ ਵੱਖ ਵੱਖ 6 ਰੁੱਤਾਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਹੀ ਕਿਹੜਾ ਕਾਵਿ ਰੂਪ ਬਣਿਆ ਹੈ ਜੀ? ਰੁੱਤੀ ਕਾਵਿ ਰੂਪ, ਠੀਕ ਹੈ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਸ ਕਾਵਿ ਰੂਪ ਦੇ ਵਿੱਚ ਮੁੱਖ ਰੂਪ ਵਿੱਚ ਕੀ ਵਰਣਨ ਕੀਤਾ ਜਾਂਦਾ ਹੈ, ਕੀ ਪੇਸ਼ ਕੀਤਾ ਜਾਂਦਾ ਹੈ? ਤਾਂ ਉਹ ਹੈ ਜੀ, ਸੰਯੋਗ ਵੀ ਪੇਸ਼ ਹੁੰਦਾ ਹੈ ਅਤੇ ਵਿਯੋਗ ਵੀ ਪੇਸ਼ ਹੁੰਦਾ, ਠੀਕ ਹੈ। ਦੋਨਾਂ ਦੇ ਜਿਹੜੇ ਜਜ਼ਬੇ ਆ ਉਹਨਾਂ ਦਾ ਸੁਮੇਲ ਹੁੰਦਾ ਹੈ ਕਿ ਰੁੱਤੀ ਕਾਵਿ ਰੂਪ, ਠੀਕ ਹੈ ਜੀ। ਇਸ ਤੋਂ ਬਾਅਦ ਇਸਦੇ ਕੋਸ਼ਗਤ ਅਰਥ ਕਰਾਂਗੇ ਆਪਾਂ। ਤਾਂ ਕੋਸ਼ਗਤ ਅਰਥ ਸਾਨੂੰ ਇਸ 'ਤੇ ਮਿਲਦੇ ਨੇ, ਰੁੱਤੀ ਦਾ ਮਤਲਬ ਹੈ ਰੁੱਤ ਜਾਂ ਫਿਰ ਮੌਸਮ, ਇਹ ਕੁਸ਼ਚਨ ਜਿਹੜਾ ਉਹ ਇੰਪੋਰਟੈਂਟ ਹੈ, ਠੀਕ ਹੈ। ਇਸ ਤੋਂ ਬਾਅਦ ਜਿਹੜੀਆਂ ਰੁੱਤਾਂ ਉਹ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਨੇ, ਠੀਕ ਹੈ। ਰੁੱਤਾਂ ਦਾ ਆਧਾਰ ਬਣਦੇ ਨੇ ਮਹੀਨੇ, ਮਹੀਨੇ ਕਿੰਨੇ ਨੇ? 12 ਮਹੀਨੇ ਨੇ, ਠੀਕ ਹੈ। ਤਾਂ ਫਿਰ ਉਹਨਾਂ ਨੂੰ ਇਕੁਅਲੀ ਡਿਵਾਈਡ ਕੀਤਾ ਗਿਆ ਹੈ ਦੋ ਦੋ ਮਹੀਨਿਆਂ ਦੇ ਵਿੱਚ। ਤਾਂ ਰੁੱਤਾਂ ਬਣਨ ਦਾ ਆਧਾਰ ਹੈ ਜੀ ਦੋ ਦੋ ਮਹੀਨਿਆਂ ਦਾ ਸੁਮੇਲ, ਠੀਕ ਹੈ। ਉਹ ਕਿਸ ਤਰ੍ਹਾਂ ਸੁਮੇਲ ਕੀਤਾ ਜਾਂਦਾ ਹੈ ਆਪਾਂ ਅੱਗੇ ਦੇਖਾਂਗੇ ਲੈਕਚਰ ਦੇ ਵਿੱਚ। ਮਹੀਨੇ ਅਤੇ ਰੁੱਤਾਂ ਬਣਾਉਣ ਦੇ ਲਈ ਕੀ ਵਿਚਾਰਿਆ ਜਾਂਦਾ, ਠੀਕ ਹੈ, ਕਿਸ ਤਰ੍ਹਾਂ ਬਣਦੇ ਨੇ ਮਹੀਨੇ ਅਤੇ ਰੁੱਤਾਂ? ਤਾਂ ਉਸ ਲਈ ਵਿਚਾਰ ਚਰਚਾ ਕੀਤੀ ਜਾਂਦੀ ਹੈ ਸੂਰਜ ਦੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਚਾਲ ਜਾਂ ਫਿਰ ਪ੍ਰਵੇਸ਼, ਠੀਕ ਹੈ। ਅਕਸਰ ਹੀ ਜਿਹੜੇ ਜੋਤਿਸ਼ ਹੁੰਦੇ ਆ ਉਹਨਾਂ ਦੇ ਮੂੰਹੋਂ ਆਪਾਂ ਇਹ ਗੱਲ ਸੁਣਦੇ ਰਹਿੰਦੇ ਹਾਂ, ਅਤੇ ਜਿਹੜਾ ਟੈਲੀਵਿਜ਼ਨ ਦੇ ਵਿੱਚ ਵੀ ਕਾਫੀ ਵਾਰ ਆਪਾਂ ਦੇਖਦੇ ਹਾਂ ਜਾਂ ਨਿਊਜ਼ ਦੇ ਵਿੱਚ ਕਾਫੀ ਵਾਰ ਦੇਖਦੇ ਹਾਂ, ਜਿਸ ਦਿਨ ਚੰਦਰ ਗ੍ਰਹਿਣ ਜਾਂ ਸੂਰਜ ਗ੍ਰਹਿਣ ਹੁੰਦਾ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਉਸ ਦਿਨ ਸਾਨੂੰ ਸੁਣਨ ਨੂੰ ਅਕਸਰ ਮਿਲਦੀਆਂ ਨੇ, ਠੀਕ ਹੈ। ਜਾਂ ਬਾਕੀ ਜਿਹੜੇ ਰਾਸ਼ੀਫਲ ਦੱਸਦੇ ਨੇ ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਸੂਰਜ ਦੀ ਜਿਹੜੀ ਇਹ ਰਾਸ਼ੀ ਆ ਉਸਦਾ ਪ੍ਰਵੇਸ਼ ਇਹਦੇ 'ਚ ਹੋਣ ਜਾ ਰਿਹਾ, ਇਹਦੇ 'ਚ ਹੋਣ ਜਾ ਰਿਹਾ, ਠੀਕ ਹੈ, ਇਸ ਤਰ੍ਹਾਂ ਦੀਆਂ ਗੱਲਾਂ, ਠੀਕ ਹੈ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਕਿ ਇਸਨੂੰ ਰੁੱਤੀ ਕਿਉਂ ਕਿਹਾ ਜਾਂਦਾ, ਠੀਕ ਹੈ। ਰੁੱਤੀ ਅਸਲ ਦੇ ਵਿੱਚ ਜਿਹੜਾ ਰੁੱਤੀ ਸ਼ਬਦ ਹੈ ਉਹ ਰੁੱਤ ਤੋਂ ਹੀ ਬਣਿਆ ਹੈ। ਰੁੱਤੀ ਸ਼ਬਦ ਰੁੱਤ ਦਾ ਬਹੁ ਵਚਨ ਹੈ, ਠੀਕ ਹੈ। ਮਤਲਬ ਰੁੱਤ ਦੇ ਵਿੱਚ ਸਿਰਫ ਅਸੀਂ ਇੱਕ ਰੁੱਤ ਨੂੰ ਇਨਕਲੂਡ ਕਰ ਸਕਦੇ ਹਾਂ, ਪਰ ਰੁੱਤੀ ਦੇ ਵਿੱਚ ਸਾਰੀਆਂ ਹੀ ਰੁੱਤਾਂ ਦਾ ਵਰਣਨ ਹੁੰਦਾ, ਇਸ ਕਰਕੇ ਇਸ ਨੂੰ ਕਿਹਾ ਜਾਂਦਾ ਰੁੱਤੀ ਕਾਵਿ ਰੂਪ, ਕਿਉਂਕਿ ਸਾਰੀਆਂ ਰੁੱਤਾਂ ਦੇ ਵਿੱਚ ਸੰਯੋਗ ਅਤੇ ਵਿਯੋਗ ਦੀ ਜਿਹੜੀ ਅਵਸਥਾ ਹੈ ਉਹ ਪੇਸ਼ ਕੀਤੀ ਜਾਂਦੀ ਹੈ। ਹੁਣ ਆਪਾਂ ਪੜ੍ਹਦੇ ਹਾਂ ਉਹਨਾਂ ਮਹੀਨਿਆਂ ਬਾਰੇ, ਠੀਕ ਹੈ, ਜਿਨ੍ਹਾਂ ਦਾ ਵਰਣਨ ਮਿਲਦਾ ਸਾਨੂੰ ਇਸ ਕਾਵਿ ਰੂਪ ਦੇ ਵਿੱਚ। ਅਲੱਗ ਅਲੱਗ ਸੁਮੇਲ ਮਿਲਦਾ, ਇਹਨਾਂ ਦਾ ਜੁੱਟ ਮਿਲਦੇ ਨੇ, ਚੇਤ ਅਤੇ ਵਿਸਾਖ, ਠੀਕ ਹੈ। ਦੇਸੀ ਮਹੀਨੇ ਆ, ਸ਼ੁਰੂਆਤ ਕਿੱਥੋਂ ਹੁੰਦੀ ਹੈ? ਚੇਤ ਤੋਂ। ਇਹਨਾਂ ਦੋਨਾਂ ਦਾ ਸੁਮੇਲ ਹੈ ਜੀ ਬਸੰਤ ਰੁੱਤ। ਜੇਠ ਅਤੇ ਹਾੜ੍ਹ, ਇਹਨੂੰ ਅਸਾੜ ਵੀ ਕਹਿ ਦਿੰਦੇ ਨੇ, ਇਸਦਾ ਹੈ ਜੀ ਗ੍ਰੀਖਮ, ਮਤਲਬ ਗਰਮੀ। ਇਸ ਤੋਂ ਬਾਅਦ ਸਾਵਣ ਅਤੇ ਭਾਦੋਂ, ਸਾਵਣ ਦਾ ਮਹੀਨਾ, ਮੀਂਹ ਦਾ ਮਹੀਨਾ, ਠੀਕ ਹੈ। ਇਹ ਦੋਨੇ ਮਹੀਨੇ ਬਾਰਿਸ਼ ਵਾਲੇ ਨੇ, ਬਰਸ਼ ਰੁੱਤ, ਠੀਕ ਹੈ। ਇਸ ਤੋਂ ਬਾਅਦ ਅੱਸੂ ਅਤੇ ਕੱਤਾ, ਸਰਦ ਰੁੱਤ। ਇਸ ਤੋਂ ਬਾਅਦ ਮੱਘਰ ਅਤੇ ਪੋਹ, ਸੇਸੀਅਰ ਰੁੱਤ।
देन माघ ते फगण लास्ट, ठीक है। ये विच हिमकर, हुण हिम दा मतलब की हुंदा तुसी कमेंट करके दसना, ठीक है जी। हिम दा की अर्थ है, SST दे विच भी पढ़ते हैं आपां, भूगोल दे विच, ठीक है, ज्योग्राफी दे विच, तां ये सारां नूं पता होना चाहिए हिम की हुंदी है, ये तुसी कमेंट करके दसना, ठीक है जी। ते नाल एक चीज़ होर ये क्लीयर हो जू कि इन्हां सारियां रुत्तां दा ही वर्णन सानू किहदे विच मिलदा, खट रितु दे विच। ये बारे असी पहले लैक्चरां दे विच भी गल कीती सी, तां खट रितु दे विच किन्नियां हुंदियां जी, 6 रुत्तां, ठीक है। अगला साडा प्रश्न इंपॉर्टेंट है, 9th नंबर, कि जो रुत्त आधारित रचना है कालीदास की, उसका नाम की है? उसका नाम है जी ऋतु संहार। ये रुत्तां ते आधारित ही वर्णन मिलता है। अगे आप गल करांगे कि रुत्ती बाणी है जिहड़ी उह सानू मिलती है, किसी बाणी है जी, वह पंचम पातशाह गुरु अर्जन देव जी की, ठीक है। इस बाणी बारे आप जानते हैं क्योंकि गुरु अर्जन देव जी भी गुरमत काव्य के अधीन साढ़े सिलेबस के विच ने, तो इस करके इन्हों ध्यान नाल नोट कर लियो। तो ये जिहड़ी बाणी है जी, इसके किन्ने पदे मिलते हैं सानू? 8 पदे मिलते हैं, तो तुकां किन्नियां ने हरेक पदे दे विच? 6 तुकां ने, ठीक है। तो कुल श्लोक किन्ने ने? श्लोक मतलब दो दो करके दिते गए ने, ठीक है, तो श्लोक ने 16, ठीक है। तो ये वर्णन की है, मेन की चीज़ से फोकस किया गया कि अकाल पुरख तो विछड़ी हुई जिहड़ी जीव आत्मा है, उहदा विछोड़ा ते विछोड़े तो बाद जिहड़ा उसका मिलाप हुंदा है, संजोग हुंदा है, उसकी जिहड़ी खुशी, दोनों नूं ही वर्णन किया गया है इस काव्य रूप दे विच, ठीक है जी। तो ये सी अपना रुत्ति काव्य रूप। अगे आप स्टार्ट करते हैं दूसरा थित्ती काव्य रूप, ठीक है। हुण देखो थित्ती आपां घट सुनते हैं आम अपने जीवन दे विच, पर इहदे उल्टे एक शब्द आपां सुनते हैं, केड़ा? तिथि, ठीक है। तिथि हिंदी दे विच जदों आपां एप्लीकेशन लिखते हुंदे सी तां उहदे आपां तिथि पाउंदे हुंदे सी, ठीक है, तिथि जां फिर दिनांक, दो चीज़ां पाउंदे हुंदे सी, है ना। तां उत्थे ही मैं तां उत्थे ही सुणिया सी पहली बार कि तिथि दा मतलब की है। तिथि दा दूसरा रूप मन्निया जांदा है थिति। तां हुण की बन गया जी? थिति, तिथि ते तारीख, ये तिन्ने की ने? एक ही कंसैप्ट ने, मतलब देसी तरीकों के आधारित जेड़े सारे तरीकों के नाम ने ना, तरीकों के नाम ने, उन्होंने कहा जाता है तिथि जां थिति। क्लीयर जी? तो हुण आपां गल करांगे कि यह काव्य रूप सानू कित्थे वरत्या मिलता है। तो गुरु ग्रंथ साहिब दे विच दर्ज मिलते ने सानू थिति काव्य रूप 3 स्थानों पर मिलते हैं, किहड़े किहड़े वो आप देखते हैं। गुरु नानक देव जी रचित, गुरु अर्जन देव जी रचित, भगत कबीर जी रचित, ठीक है। तो 3 सानू थिति काव्य रूप मिल गए। थिति मतलब तारीख, डेट, ठीक है। इस तो बाद आप गल करांगे गुरु नानक देव जी दे थिति काव्य रूप बारे। तो सब तो पहला आप इस दे पदे देखांगे, ठीक है। गुरु नानक देव जी भी सानू गुरमत काव्य दे विच सिलेबस दे विच हैगे ने, इस करके इन्हां नूं भी असीं ध्यान नाल करांगे। कुल पदे मिलते ने सानू 20, ठीक है। राग केड़ा जी? राग है बिलावल राग। इहदा विशा की है? विशा है संसारिक विषय विकारां च फसे जिहड़े लोग है उन्हां नूं भगती दा ते जिहड़ा ज्ञान दा उपदेश देना, इह इसदा विशा है। अगे जी इसका जो केंद्रीय भाव है, जिस तरह आप पहला भी हर एक काव्य रूप आलमोस्ट किया ही है, जिमें काफ़ी आप रीसेंटली कर चुके हैं कि जो स्थाई तुक होंगी है ना, उस दे विच मेनली केंद्रीय भाव ही पेश किया जाता है। इस तरह का ही कुछ वर्णन सानू मिलता है थिति काव्य रूप दे विच, जिस दे विच रहाओ दियां जिहड़ियां तुकां ने ऑलमोस्ट 2 तुकां ही मिलदियां ने इहदियां, ठीक है। वैसे भी हरेक रचना दे विच रहाओ वालियां आम करके 2 तुकां होंदियां ने, जिस दे विच तुक दा केंद्री भाव पेश किया जाता है। रहाओ दा अर्थ की हुंदा है तुसी मैनू कमेंट करके दस्यो, ठीक है। रहाओ क्यों लगाया जाता, कातों लगाया जाता रहाओ, ठीक है। रहाओ दा शब्दी अर्थ ही दस दियो बस, ठीक है जी। शब्दी अर्थ पूछिया जी, शब्दी अर्थ ही दसना। तो इस तो बाद असी करते हैं कि किस तरह जिहड़ी वर्णन सूची सानू मिलती है तरीकों की, वह पढ़ते हैं आपां। तां दो दो पदयां दे विच सानू केड़ियां तरीकां मिलदियां ने? वह मिलदियां ने जी दूज,
पंचम, एकादशी, द्वादशी ते मस्या। ठीक है, तो आपां नूं मेनली इन्हां जिहड़े खास खास हुंदे आ मस्या हो गया, ठीक है, पुन्निया हो गया, तो जिवें अपने जिहड़े आम पिंडां दे विच दिन जिहड़े मनाए जांदे ने, ठीक है, तेरस भी मनाई जांदी आ, चौदह भी मनाई जांदी आ, ठीक है, आम तुसीं इह गल्लां सुणियां होणगियां, दसवीं भी मनाई जांदी आ, अलग अलग गुरद्वारा साहिब दे विच भी जांदे ने दसवीं वाले दिन, ठीक है। तो उह सारियां तरीखां किस दे अधीन आउंदियां ने, उह आउंदियां ने थिति काव रूप दे अधीन। ठीक है, तो इन्हां जिहड़ियां पंचां दी आपां गल कीती आ, दूज, पंचम, एकादशी, द्वादशी ते मस्या, इन्हां सारा सारिआं बारे सानूं दो दो पदे मिलदे ने, किहदे, गुरु नानक देव जी दे लिखे हुए। ठीक है, तो बाकी हुण किन्ने बच गए, देखो कुल 15 मन्ने जांदे ने, 15 तरीकां मन्नदे आपां चंद दे हिसाब नाल, चंद्रमा दे हिसाब दे नाल 15 तरीकां हो गईआं। तां 15 तिथियां दे विच्चों 5 दी गल आपां कर ली, किन्नियां दे विच, दो दो पदिआं दे विच, बाकी किन्ने बच गए हुण, 5 कढ़े 10, 10 बच गए, तां उहनां दसां दी गल कीती हुई आ इक इक पदे दे विच। ठीक है जी, अगे आपां गल करदे हां तिथां जां थितां बारे। ठीक है, जिहड़ा मेनली स्टूडेंट्स द्वारा पुछया गया सी ओह इह है कि जो तिथ की है जां थित की है, 15 दिनां नूं आधार बना के जिहड़ा इह काव्य रूप है उह रचिया जांदा है। ठीक है, देखो वैसे महीने दे विच 30 दिन मन्ने जांदे आ, 15 दिन जिहड़ा हनेर पक्ष नूं मन्निया जांदा, 15 दिन जिहड़ा उह चानण पक्ष नूं मन्निया जांदा। ठीक है, तां जिहड़ी मेनली चौदस है, ठीक है, चौदह कहने आपां आम भाषा दे विच, पेंडू भाषा दे विच गल करिए, चौदस है जिहड़ी, तां उह सिर्फ हनेर पक्ष दी हुंदी है, ते बाकी दे सारे जिहड़े दिन ने उह चानण पक्ष दे मनाए जांदे ने। ठीक है, चानण पक्ष किहड़ा हुंदा है, हनेर पक्ष किहड़ा हुंदा, उह सानूं चंगी तरह पता है। ठीक है, मस्या वाले दिन बिल्कुल हनेरा हुंदा है। ठीक है, पूर्णमाशी जिहनूं आपां पुन्निया कह दिंदे आ, उस दिन पूरा चानण हुंदा है। ठीक है, तो एक जरा 15 दिनों का आधा जरा वो खत्म हो जाता है मस्या ते, दूसरा जरा वो खत्म हो जाता है पुन्या दे। ठीक है, तो इन्हों आधार कास में बनाया जाता 15 दिनों कि अकॉर्डिंग, चंद्रमा दे, ठीक है, मून दे अकॉर्डिंग। ओके, तो अंतिम कितने मिलते हैं सानू, जां तां फिर पूर्णमासी दे विच, जां फिर मस्या दे विच, तां इन्हों कहा जाता है जी चंद्रमा दियां 15 तिथियां। आज तक तुहानू क्लीयर हो गया होगा कि जिहड़ी थिति है जां तिथि काव्य रूप ने इह किहदे ते आधारित ने, तिथ मतलब तरीक, डेट, दिन। ठीक है, इन्हां ते आधारित है, ते इह जिहड़ियां तरीखां ने उह किस दे अकॉर्डिंग ने, उह ने चंद्रमा दी स्थिति दे अकॉर्डिंग। मस्या वाले दिन चंद्रमा सानू बिल्कुल दिखाई नहीं दिंदा। ठीक है, उस तो बाद जिहड़ा मस्या वाले दिन जिहड़ा हनेर पक्ष है उसका अंत हो जाता है, तो चानण पक्ष है जिहड़ा वो शुरू हो जाता है। ठीक है, तो पहला जिहड़ी एकम आउंदी है उस तो बाद, है ना, पूर्णमासी तो बाद, तो फिर वो चानण पक्ष की हुंदी है। ठीक है जी, फिर हौली हौली सानूं जिहड़ा छोटा छोटा रूप आ, थोड़ा थोड़ा रूप आ चंद्रमा का, वो दिखाई देन लगता है। ठीक है, किस तो बाद, मस्या तो बाद, तो जिहड़ा पूर्णमासी हैगी, पूर्णमासी तो बाद जिहड़ा चंद्रमा हैगा वो घटना स्टार्ट हो जाता है, तो मस्या तो बाद जिहड़ा चंद्रमा गा वो वधना स्टार्ट हो जाता है। ठीक है, इस बार असीं गल करांगे गुरु अर्जन देव जी की। गुरु अर्जन देव जी का जिहड़ा सानू काव्य रूप मिलता है थिति का, तो वह मिलता सानू गौड़ी राग दे विच। इस दीआं पौड़ियां किन्नियां, 17 पौड़ियां, हरेक पौड़ी दे विच तुकां किन्नियां, 8-8 तुकां ने, सिर्फ एक 13वीं पौड़ी हैगी ਜਿਹਦੇ ਵਿੱਚ 10 ਤੁਕਾਂ ਮਿਲਦੀਆਂ ਸਾਨੂੰ। ਠੀਕ ਹੈ, ਬਾਕੀ ਸਾਰਿਆਂ ਦੇ ਵਿੱਚ 8-8 ਮਿਲਦੀਆਂ, ਅਤੇ ਹਰੇਕ ਪੌੜੀ ਤੋਂ ਪਹਿਲਾਂ ਇੱਕ ਸਲੋਕ ਆ ਜਿਹੜਾ ਉਹ ਦਿੱਤਾ ਹੋਇਆ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਨੋਟ ਕਰ ਲੈਣਾ। ਇਸ ਤੋਂ ਬਾਅਦ ਇੱਕ ਲਾਸਟ ਹੈ ਗਿਆ ਆਪਣੇ ਕੋਲ ਭਗਤ ਕਬੀਰ। ਭਗਤ ਕਬੀਰ ਜੀ ਦੀ ਜਿਹੜੀ ਰਚਨਾ ਹੈਗੀ ਥਿਤੀ, ਉਸਦੇ ਬਾਰੇ ਜਾਣਦੇ ਹਾਂ ਆਪਾਂ। ਕਿਹੜੇ ਰਾਗ ਵਿੱਚ ਹੈ ਜੀ, ਗੌੜੀ ਰਾਗ ਵਿੱਚ। ਪਦੇ ਕਿੰਨੇ ਆ ਕੁੱਲ, 16 ਪਦੇ ਨੇ। ਆਰੰਭ ਕਿਸ ਨਾਲ ਹੁੰਦਾ ਹੈ, 4 ਤੁਕਾਂ ਦੇ ਸਲੋਕ ਨਾਲ। ਪਹਿਲਾਂ ਸਲੋਕ ਹੈ ਜੀ, ਸਲੋਕ ਦੇ ਵਿੱਚ ਕਿੰਨੀਆਂ ਤੁਕਾਂ ਨੇ, 4 ਨੇ। ਹਰੇਕ ਪਦੇ ਦੇ ਵਿੱਚ ਜਿਹੜੀਆਂ ਤੁਕਾਂ ਕਿੰਨੀਆਂ ਨੇ, 4-4 ਨੇ। ਠੀਕ ਹੈ, ਹੁਣ ਇੱਥੇ ਉਲਝਣਾ ਨਹੀਂ ਹੈਗਾ, ਹਰੇਕ ਪਦੇ ਦੇ ਵਿੱਚ 4-4 ਤੁਕਾਂ, ਅਤੇ ਇੱਕ ਸਲੋਕ ਦੇ ਵਿੱਚ ਵੀ 4 ਤੁਕਾਂ, ਅਤੇ ਜਿਹੜੀਆਂ ਦੋ ਰਹਾਓ ਦੀਆਂ ਤੁਕਾਂ ਸਾਨੂੰ ਮਿਲਦੀਆਂ, ਇਹ ਮਿਲਦੀਆਂ ਹੀ ਮਿਲਦੀਆਂ ਹੁੰਦੀਆਂ, ਜਿਨ੍ਹਾਂ ਦੇ ਵਿੱਚ ਕੀ ਪੇਸ਼ ਕੀਤਾ ਜਾਂਦਾ ਹੈ, ਕੇਂਦਰੀ ਭਾਵ।
ठीक है। अगे जड़े दो प्रश्न ने जी वो तुहाडे लई ने, अलग तो सिर्फ मैं लिख के ही रखे ने, तुसी इसका आंसर देना है क्वेश्चन नंबर 8 पा के ते क्वेश्चन नंबर 9 पा के। क्वेश्चन नंबर 8 है जी, राती रुती थिती वार पवन पानी अग्नि पताल। तां इस जिहड़ी तुक बारे तुसी दसना कि ये कि बाणी दे विचों लई गई है। बाणी दा नाम तुसी कमेंट करके दसना है, 8 नंबर। इस तो बाद 9 नंबर, विश्वे चस्या घड़िया पहरा थिती वारी माहो होआ। ये भी तुसी दसना कि केड़ी बाणी दे विचों ये तोका जड़ी लई गई है, ते इस दे रचैता केड़े गुरु साहबान ने। ये दो प्रश्न ताड़े लई ने, तुसी कमेंट करके जरूर दसने जी। इत्थे ही खत्म करते हैं अपना अज का लैक्चर। आस है कि तुहानू रुती ते थिति बारे पता लग गया होएगा कि इसका आधार की है। तो जेकर तुहानू लैक्चर पसंद आया तो लाइक एंड कमेंट करना ना भुल्यो जी। देखते रहो ताड़ा अपना सुपीरियर स्टडी चैनल, तो करते रहो पंजाबी की तैयारी, हसते रहो वसते रहो। थैंक यू सो मच।